ये लड़ाई जी असं लड़ रहे हैं, ये आम लोगों की लड़ाई है। तुसी साडा साथ दे, हो सकता सानू अनमिथे समय ले हड़ताल करनी पवे। चंगे भले नेशनल बैंक से पब्लिक की सेवा करते, प्राइवेट बैंक च प्राइवेट बंदे की मोनोपली हो जाएगी। अज पूरे देश विच 10 लाख तो वध बैंक कर्मचारियों वल्लों हड़ताल की जा रही है। सरकार पब्लिक बैंकां नूं प्राइवेट करन दा जतन कर रही है ते बैंक कर्मचारी इस दे खिलाफ ने, जिस कारण उन्हां वल्लों अज भारत नगर चौंक ते रोष जतांदे हुए हड़ताल की गई है। इस ते बैंक कर्मचारियों दा कहना है कि वह हड़ताल करके अपनी तनखाह कटा के लोगों दे हक लई हड़ताल कर रहे ने, ता जो सरकार प्राइवेटाइजेशन करन दा फैसला वापस ले लवे। अते होर उस ते मौजूदा बैंक कर्मचारियों दा की कहना सी, तुसी आप सुनो। मैं नरेश गौड़, कन्वीनर पंजाब यूनाइटेड फॉर्म ऑफ बैंक यूनियन। अज पूरे हिंदुस्तान दे विच 10 लाख तो वध बैंक कर्मचारी ते अधिकारी जिहड़ी 2 दिन दी हड़ताल ते ने। इह हड़ताल जो मोदी सरकार, जो फाइनेंस मिनिस्टर ने डिकलेयर कीता वी असीं जो पब्लिक सैक्टर बैंक ने, पहलां 2 दी आवाज़ सी, हुण 5 कह रहे ਵੀ ਇਹਨਾਂ ਨੂੰ ਅਸੀਂ ਪ੍ਰਾਈਵੇਟਾਈਜ਼ ਕਰਨ ਜਾ ਰਹੇ ਹਾਂ, ਇਸ ਦੇ ਖਿਲਾਫ਼ ਆ। ਇਹ ਹੜਤਾਲ ਸਾਡੀ ਦੇਸ਼ ਦੇ ਪ੍ਰਤੀ, ਮੈਂ ਕਹਾਂਗਾ ਦੇਸ਼ ਭਗਤੀ ਦੀ ਲੜਾਈ ਆ ਜਿਹੜੀ ਅਸੀਂ ਹੜਤਾਲ ਕਰ ਰਹੇ ਹਾਂ, ਕਿਉਂਕਿ 1,50,000 ਕਰੋੜ ਰੁਪਈਆ ਆਮ ਲੋਕਾਂ ਦੀ ਪੂੰਜੀ ਜਿਹੜੀ ਬੈਂਕਾਂ ਦੇ ਵਿੱਚ ਪਈ ਆ, ਇਹ ਧੜਾਰਾਂ ਨੂੰ ਇਹ ਪੈਸਾ ਜਿਹੜਾ ਦੇਣਾ ਚਾਹੁੰਦੇ ਨੇ। ਇਸ ਕਰਕੇ ਹਿੰਦੁਸਤਾਨ ਦਾ ਬੈਂਕ ਕਰਮਚਾਰੀ ਇੱਕ ਦੇਸ਼ ਭਗਤੀ ਦੀ ਲੜਾਈ, ਆਪਣੀਆਂ ਤਨਖਾਹ ਕਟਾ ਕੇ ਲੜਾਈ ਲੜ ਰਿਹਾ। ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਆਮ ਲੋਕਾਂ ਨੂੰ, ਆਮ ਪਬਲਿਕ ਨੂੰ ਵੀ ਅਪੀਲ ਕਰਦਾ ਵੀ ਇਹ ਲੜਾਈ ਜਿਹੜੀ ਅਸੀਂ ਲੜ ਰਹੇ ਹਾਂ, ਇਹ ਆਮ ਲੋਕਾਂ ਦੀ ਲੜਾਈ ਆ। ਤੁਸੀਂ ਸਾਡਾ ਸਾਥ ਦਿਓ, ਹੋ ਸਕਦਾ ਸਾਨੂੰ ਅਣਮਿੱਥੇ ਸਮੇਂ ਲਈ ਹੜਤਾਲ ਕਰਨੀ ਪਵੇ। ਤੁਸੀਂ ਸਾਡਾ ਸਾਥ ਦਿਓਗੇ ਆਉਣ ਵਾਲੇ ਸਮੇਂ ਦੇ ਵਿੱਚ, ਇਹ ਪਬਲਿਕ ਸੈਕਟਰ ਬੈਂਕ ਨੇ ਤੁਹਾਡੀ ਸੇਵਾ ਕਰਨੀ ਆ। ਤੁਸੀਂ ਪਿਛਲੇ ਵਾਰ ਦੇਖ ਕੇ ਹਟਿਓ, ਜੋ ਜਨ ਧਨ ਦੀ ਖਾਤੇ ਖੋਲ੍ਹੇ ਨੇ, ਜਿਹਦੇ ਵਿੱਚੋਂ 95% ਖਾਤੇ ਜਿਹੜੇ ਆ ਉਹ ਪਬਲਿਕ ਸੈਕਟਰ ਬੈਂਕਾਂ ਨੇ ਖੋਲ੍ਹੇ ਨੇ। ਇਸ ਕਰਕੇ ਪਬਲਿਕ ਸੈਕਟਰ ਬੈਂਕਾਂ ਨੂੰ ਫੇਲ ਕਰਨ ਦੀ ਗੱਲ ਚੱਲ ਰਹੀ ਹੈ, ਇਸ ਕਰਕੇ ਅਸੀਂ ਹੜਤਾਲ ਕਰਦੇ। ਸਾਡੀ ਮੰਗ ਆ ਵੀ ਜੋ ਉਹਨਾਂ ਨੇ ਬਜਟ ਦੇ ਵਿੱਚ ਇਹ ਗੱਲ ਕਹੀ ਆ ਵੀ ਇਸ ਨੂੰ ਵਾਪਸ, ਬਿੱਲ ਨੂੰ ਵਾਪਸ ਲਿੱਤਾ ਜਾਵੇ, ਆਪਣੀ ਸਟੇਟਮੈਂਟ ਨੂੰ ਵਾਪਸ ਲਿੱਤਾ ਜਾਵੇ। ਜੇ ਨਹੀਂ ਕਰਨਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਹੜਤਾਲ ਅਣਮਿੱਥੇ ਸਮੇਂ ਲਈ ਹੋ ਸਕਦੀ। ਇਹ ਹੜਤਾਲ ਜਿਹੜੀ ਆਉਣ ਵਾਲੇ ਸਮੇਂ ਪਰਮਾਨੈਂਟ ਜਿਹੜੀ ਹੜਤਾਲ ਹੈ, ਜਿਹਨੂੰ ਆਪਾਂ ਇੰਡੈਫੀਨੇਟ ਸਟ੍ਰਾਈਕ ਕਰਨੇ, ਉਹ ਹੜਤਾਲ ਕਰਾਂਗੇ। ਇਹ 2 ਦਿਨਾਂ ਦਾ, ਅੱਜ ਅਤੇ ਕੱਲ੍ਹ। ਮੈਂ ਤਾਂ ਇਹੀ ਅਪੀਲ ਪਬਲਿਕ ਨੂੰ, ਇਹੀ ਅਪੀਲ ਦੁਆਰਾ ਪਬਲਿਕ ਨੂੰ ਕਰਨੀ ਚਾਹ ਰਿਹਾ ਵੀ ਆਉਣ ਵਾਲੇ ਸਮੇਂ ਸਾਡਾ ਸਾਥ ਦਿਓ। ਜੇ ਤੁਸੀਂ ਸਾਡਾ ਸਾਥ ਦਿਓਗੇ, ਇਸ ਦੇਸ਼ ਦੇ ਵਿੱਚ ਜੋ ਆਮ ਲੋਕਾਂ ਦੀ ਪੂੰਜੀ ਹੈ ਜਿਹੜੀ ਬਚਾਈ ਜਾ ਸਕਦੀ ਆ, ਅਸੀਂ ਤਾਂ ਇਹ ਲੜਾਈ ਜਿਹੜੀ ਆ ਡੱਟ ਕੇ ਲੜਾਂਗੇ। ਮੈਂ ਪਵਨ ਠਾਕਰ, ਪ੍ਰੈਜ਼ੀਡੈਂਟ ਪੰਜਾਬ ਬੈਂਕ ਪਲਾਈ ਸਟੇਸ਼ਨ ਲੁਧਿਆਣਾ ਯੂਨਿਟ। ਹੜਤਾਲ ਅੱਜ 16 ਅਤੇ 17 ਤਰੀਕ ਦੀ ਹੈ। ਆਉਣ ਵਾਲੇ ਸਮੇਂ ਜੇ ਗੌਰਮੈਂਟ ਨੇ ਸਾਡੀਆਂ ਮੰਗਾਂ ਨਾ ਮੰਨੀਆਂ, ਇੰਡੈਫੀਨੇਟ ਸਟ੍ਰਾਈਕ ਦੀ ਗੱਲ ਮੰਗਿਆ ਹੈ ਵੀ ਪ੍ਰਾਈਵੇਟ ਜਿਹੜਾ ਬੈਂਕ ਇਹ ਕਰ ਰਹੇ ਹੈ, ਚੰਗੇ ਭਲੇ ਨੈਸ਼ਨਲਾਈਜ਼ ਬੈਂਕ ਸੀ ਪਬਲਿਕ ਦੀ ਸੇਵਾ ਕਰਦੇ ਸੀਗੇ, ਪ੍ਰਾਈਵੇਟ ਬੈਂਕ 'ਚ ਪ੍ਰਾਈਵੇਟ ਬੰਦਿਆਂ ਦੀ ਮੋਨੋਪਲੀ ਹੋ ਜਾਏਗੀ। ਇਹ ਸਾਰੀ ਪ੍ਰੋਪਰਟੀ ਜੋ ਵੀ ਆ ਮੋਦੀ ਸਰਕਾਰ ਅੰਬਾਨੀ ਅਤੇ ਉਹਨੂੰ ਵੇਚ ਰਹੀ ਹੈ ਅਡਾਨੀ ਨੂੰ, ਠੀਕ ਹੈ ਨਹੀਂ। ਅਸੀਂ ਇਹਨੂੰ ਬਚਾਉਣਾ ਚਾਹੁੰਦੇ ਹਾਂ ਵੀ ਪਬਲਿਕ ਦਾ ਪੈਸਾ ਪਬਲਿਕ 'ਚ ਲੱਗੇ। ਜਨਹਿਤੈਸ਼ੀ, TRP ਨਹੀਂ ਖਰੀਦਤੇ, ਭਰੋਸਾ ਜੀਤੇ ਹੈ ਹਮ।